ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਲਈ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਪਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕੁਝ ਸਕੂਲ ਪਹਿਲਾਂ ਹੀ ਬਿਲਡਿੰਗਾਂ ਦੀ ਘਾਟ ਨਾਲ ਜੂਝ ਰਹੇ ਹਨ ਅਤੇ ਹੁਣ ਪ੍ਰੀ ਪ੍ਰਾਇਮਰੀ ਬੱਚਿਆਂ ਨੂੰ ਭਾਵੇਂ ਬੈਠਣ ਲਈ ਵਧੀਆ ਕੁਰਸੀਆਂ ਅਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ, ਪਰ ਪਹਿਲਾਂ ਤੋਂ ਸਕੂਲਾਂ ਵਿੱਚ ਪੜ੍ਹਦੇ ਪ੍ਰਾਇਮਰੀ ਬੱਚੇ ਕੜਾਕੇ ਦੀ ਠੰਡ ਕਾਰਨ ਨੀਲੀ ਛੱਤ ਹੇਠ ਬੈਠਣ ਲਈ ਮਜਬੂਰ ਹਨ। ਇਹ ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਠਿੰਡਾ ਰੋਡ ਦੀਆਂ ਹਨ, ਜਿੱਥੇ ਇੱਕ ਪਾਸੇ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦਾ ਸ਼ਾਨਦਾਰ ਸਵਾਗਤ ਹੋ ਰਿਹਾ ਹੈ, ਉੱਥੇ ਧੁੰਦ ਦੇ ਇਸ ਮੌਸਮ ਵਿੱਚ ਕੜਾਕੇ ਦੀ ਠੰਡ ਕਾਰਨ ਪ੍ਰਾਇਮਰੀ ਕਲਾਸਾਂ ਦੇ ਬੱਚੇ ਖੁੱਲ੍ਹੇ ਅਸਮਾਨ ਹੇਠ ਪੜ੍ਹਨ ਲਈ ਮਜਬੂਰ ਹਨ। ਪੁਸ਼ਪਾ ਰਾਣੀ ਮੇਰਾ ਨਾਮ ਹੈ ਜੀ। ਸਾਡੇ ਸਕੂਲ 'ਚ ਲਗਭਗ 17 ਕੁ ਬੱਚੇ ਐਡਮਿਸ਼ਨ ਹੋ ਚੁੱਕੀ ਹੈ ਜਿਹੜੇ ਕੱਲ੍ਹ ਆਏ ਸੀ, ਪਰ ਬੱਚੇ ਜਿਵੇਂ ਘਰਾਂ 'ਚ ਪਹਿਲਾਂ ਅਸੀਂ ਕੀਤੀ ਸੀ ਘਰ ਜਾ ਕੇ ਬੱਚਿਆਂ ਦੇ ਪੇਰੈਂਟਸ ਨੂੰ ਮਿਲੇ, ਸਾਡੇ ਕੋਲ 40-42 ਬੱਚੇ ਹੈਗੇ ਹੈ ਕਿਉਂਕਿ ਸਾਡੇ ਕੋਲ ਸੈਕਸ਼ਨ ਬਣੇ ਵੀ ਸੀਗੇ ਇੱਕ ਕਲਾਸ ਦੇ, ਉਹ ਅਸੀਂ ਇੱਕ 'ਚ ਇਕੱਠੇ ਕਰ ਲਏ ਬੱਚੇ, ਰੂਮ ਵੱਡਾ ਹੈਗਾ ਸੀਗਾ ਅਤੇ ਕਮਰਾ ਉਹਨਾਂ ਵਾਸਤੇ ਅਸੀਂ ਖਾਲੀ ਕਰ ਲਿਆ। ਮੇਰਾ ਨਾਮ ਜਗਿੰਦਰ ਕੌਰ ਹੈ ਜੀ। ਅਸੀਂ ਤਾਂ ਸਰ ਬਹੁਤ ਖੁਸ਼ ਹੈ ਕਿਉਂਕਿ ਸਰ ਅਸੀਂ ਬਹੁਤ ਲੰਬੇ ਸਮੇਂ ਤੋਂ ਇਹਦੀ ਡਿਮਾਂਡ ਕਰਦੇ ਸੀਗੇ। ਉਹ ਤਾਂ ਘੱਟ ਉਵੇਂ ਹੀ ਚੱਲਦੀ ਆ ਜੀ, ਤੁਹਾਨੂੰ ਵੀ ਪਤਾ ਹੈ ਮੁਸ਼ਕਿਲ ਆ, ਮੌਸਮ ਦੇਖੋ ਕਿਹਾ ਜਿਹਾ ਆ, ਉਸ ਵਿੱਚ ਵੀ ਅਸੀਂ ਗੁਜ਼ਾਰਾ ਕਰ ਰਹੇ ਹਾਂ। ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਦਾ ਭਵਿੱਖ ਸਵਾਰਨ ਦੇ ਨਾਲ ਨਾਲ ਸਕੂਲਾਂ ਵਿੱਚ ਬਿਲਡਿੰਗਾਂ ਦੀ ਘਾਟ ਨੂੰ ਪੂਰਿਆ ਕਰੇ। ਮੁਕਤਸਰ ਤੋਂ ਸ਼ਫਾਕ ਟੁੱਡੀ ਦੀ ਰਿਪੋਰਟ।